ਰੋਲ ਇਹ ਮੇਰੇ ਬਾਪੂ ਜੀ ਵੀ ਖੜੇ ਨੇ
ਇਹ ਸਾਡੀ ਮਾਮੀ ਜੀ ਖੜੇ ਨੇ, ਦੇਖ ਮੈਨੂੰ ਐ ਕਹਿੰਦਾ ਇਹ ਸਾਡੀ ਮਾਮੀ ਜੀ ਖੜੇ ਨੇ, ਇਹਨੂੰ ਇਹ ਨੀ ਪਤਾ ਕਿ ਫਿਲਮ ਦੇ ਵਿੱਚ ਗਾਇਆ ਕਿੰਨੇ ਆ, ਇਹਦੀ ਭੈਣ ਨੇ ਗਾਇਆ ਸਾਰੀ ਫਿਲਮ 'ਚ। ਸੋ ਜਦੋਂ ਵੀ ਫਿਲਮ ਆ ਰਹੀ ਹੈ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਲੀ ਬਹੁਤ ਹੀ ਵੱਡੀ ਸ਼ਖਸੀਅਤ ਦੀ ਫਿਲਮ ਆ ਰਹੀ ਹੈ, ਇੱਕ ਵਾਰੀ ਜ਼ੋਰਦਾਰ ਤਾੜੀਆਂ ਨੂੰ। ਅਗਲਾ ਸੱਦਾ ਦਿੱਤਾ ਸੀ ਮਨੀ ਕੁਮਾਰ ਧਾਲੀਵਾਲ ਬੋਗਾ। ਜਸਮੀਰ ਚੋਟੀਆਂ ਦੀ ਕਿਰਪਾ ਕਰਕੇ ਮੰਚ ਉੱਪਰ ਮੈਂ ਬੇਨਤੀ ਕਰਦਾ ਵੀ ਬਹੁਤ ਅੱਛੀ ਰਸਮ ਹੈ ਨਾ, ਹੋਚ ਪੋਚ ਨਾ ਕੀਤਾ ਜਾਵੇ। ਸਾਰੀਆਂ ਕੁੜੀਆਂ ਨੂੰ ਬੇਨਤੀ ਹੈ, ਸਾਡੀਆਂ ਵਰਕਸ਼ਾਪ ਆ ਕੇ ਸਾਰੀਆਂ ਕੁੜੀਆਂ ਖੜੀਆਂ ਨੇ ਉਹ ਲੈਂਡ ਬਾਰ ਆਈ ਜਾਣ ਤੇ ਬੜੀ ਭਾਵਿਕ ਰਸਮ ਹੈ, ਇਹਨੂੰ ਆਪਾਂ ਹਾਸੇ ਖਾਤੇ ਦੇ ਵਿੱਚ ਨਾ ਲਿਆ ਜਾਵੇ, ਇਸ ਰਸਮ ਨੂੰ ਰਸਮ ਬਾਗ ਕੀਤਾ ਜਾਵੇ, ਬੇਨਤੀ ਹੈ ਵੀ। ਸੋ ਗਾਣਾ ਕਾ ਜਿਹੜਾ ਭਾਵੁਕਤਾ ਤੱਕ ਚੱਲਿਆ ਜਾਵੇ ਤੇ ਕੰਟੀਨਿਊਟੀ ਦੇ ਵਿੱਚ ਚੱਲੇ, ਸੋ ਸਾਰੀਆਂ ਕੁੜੀਆਂ ਨੂੰ ਬੇਨਤੀ ਵੀ ਉਸੇ ਤਰ੍ਹਾਂ ਆਪਣਾ ਸੰਧਾਰਨ ਲੈ ਜਾਂਦੀਆਂ ਨੇ।
ਆਹ
ਦੱਸੋ ਮੈਂ, ਕਿਉਂਕਿ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਭੈਣੋ, ਤੁਸੀਂ ਸਮਝੋ ਅਸੀਂ ਇੱਥੇ ਹੀ ਆ, ਤੁਹਾਡੇ ਨਾਲ ਫੋਟੋ ਵੀ ਕਰਾਵਾਂਗੇ, ਸੰਧਾਰੇ ਵੀ ਦੇਵਾਂਗੇ। ਸੋ ਹੁਣ ਕਿਉਂਕਿ ਆਪਾਂ ਜੇ ਸੰਧਾਰੇ ਦਿੱਤੇ ਰਹਿੰਦੇ ਬਹੁਤ ਵੱਡਾ ਬਾਅਦ, ਆਪਾਂ ਨੂੰ ਸਮਾਂ ਲੱਗ ਜਾਣਾ। ਮਾਨ ਸੰਧਾਰਾ ਦੋ ਲੈਣਾ ਭੈਣੋ ਹੋਰ। ਤੇਰੇ ਵਰਗੇ ਦਾ ਲੈਂਦੀ ਨਾ ਪਰਛਾਵਾਂ, ਜਿਨ੍ਹਾਂ ਤੋਂ ਬਿਨਾਂ ਵਿਆਹ ਅਧੂਰੇ ਨੇ। ਸਤਵੰਤ ਕੌਰ ਜੀ ਸਾਡੇ ਵਿੱਚ ਆਏ ਹੋਏ ਨੇ। ਤੰਗੀ ਬਾਹਾਂ ਤੇ ਦੁੱਖਣ ਮੇਰੇ ਬਾਲ ਨੀ ਮਾਏ। ਸੋ ਪ੍ਰੋਫੈਸਰ ਸੁਪਨਦੀਪ ਜੀ, ਬਿੰਦੂ ਵਿਰਾੜ ਜੀ ਤੇ ਪ੍ਰਿੰਸੀਪਲ ਕਮਲਜੀਤ ਜੀ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਆਓ ਆਪਾਂ ਆਰਤੀਆਂ ਦਾ ਆਗਾਜ਼ ਕਰੀਏ ਤੁਹਾਡੇ ਗਿੱਧੇ ਦੇ ਨਾਲ। ਖੁੱਲੀਆਂ ਖੁੱਲੀਆਂ ਹੋ ਜਾਓ ਕੁੜੀਓ, ਹੁਣ ਆਪਾਂ ਤੀਆਂ ਦਾ ਆਗਾਜ਼ ਕਰਨਾ। ਜਿੰਨੇ ਅਸੀਂ ਬਚਪਨ ਚ ਪੜ੍ਹਦੇ ਸੀ, ਇਕੱਠੇ ਰਹਿੰਦੇ ਸੀ। ਇੱਕ ਭੈਣੋ ਤੁਹਾਡੀ ਥੋੜੀ ਜਿਹੀ ਗਲਤੀ ਇੱਕ ਹੋਰ ਵੀ ਹੈ। ਇੱਕ ਮਿੰਟ ਜੀ, ਫੋਟੋਆਂ ਬੰਦ ਕਰੋ, ਪਿੱਛੋਂ ਖਿੱਚਣੀਆਂ ਥੋੜਾ ਜਿਹਾ। ਸਟੇਜ ਖਾਲੀ ਕਰ ਦਿਓ ਪਲੀਜ਼। ਮੈਮ ਮੈਮ ਆਓ, ਰਿਸ਼ੀ ਮੈਮ ਨੂੰ ਲੈ ਆਓ, ਆਓ ਥੋੜਾ ਥੋੜਾ ਅੱਗੇ ਹੋ ਜਾਓ। ਅਸੀਂ ਇਸ ਸਟੇਜ ਤੋਂ ਹਰ ਵਾਰ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਤੀਆਂ ਤੋਂ ਸਾਨੂੰ ਪਹਿਲਾਂ ਤੁਸੀਂ ਇੱਕ ਮੈਸੇਜ ਕਰਨਾ ਗਾ ਵੀ ਅਸੀਂ ਆ ਰਹੇ ਹਾਂ। ਮੇਰੀ ਨਿਗਾਹ ਵੱਜਦੀ ਹੈ, ਮੈਨੂੰ ਸਾਰੀਆਂ ਦਿਖ ਰਹੀਆਂ, ਪਰ ਤੁਹਾਨੂੰ ਤੁਸੀਂ ਸਾਨੂੰ ਆਪਣੇ ਆਉਣ ਦਾ ਸੁਨੇਹਾ ਨਹੀਂ ਦਿੰਦੀਆਂ। ਅਸੀਂ ਹਰ ਵਾਰ ਬੋਲਦੇ ਹਾਂ, ਸਾਨੂੰ ਘੱਟੋ ਘੱਟ 5 ਮਹੀਨੇ ਹੋ ਗਏ ਪੀਪਿਆਂ ਦੇ ਵਿੱਚ ਸਮਾਨ ਪਾਉਂਦਿਆਂ ਨੂੰ। ਸਾਡੇ ਹਜੇ ਵੀ ਪੀਪੇ ਪੂਰੇ ਨਹੀਂ ਹੁੰਦੇ, ਕਿਉਂਕਿ ਇਹ ਕੋਈ ਟਰਾਫੀ ਤਾਂ ਹੈ ਨਹੀਂ ਵੀ ਆਪਾਂ ਚੱਕ ਕੇ ਦੇ ਦਈਏ। ਤੁਹਾਡੀਆਂ ਪੂਰੀਆਂ ਸ਼ਗਨ ਅਸੀਂ ਉਹਦੇ ਵਿੱਚ ਪਾਉਣਾ ਹੁੰਦਾ, ਤੁਹਾਡੇ ਕੱਪੜੇ ਵੀ, ਤੁਹਾਡੇ ਪਕਵਾਨ ਵੀ, ਤੁਹਾਡੇ ਹਰ ਗਹਿਣਾ ਗੱਟਾ ਵੀ ਅਸੀਂ ਦੇਣਾ ਹੁੰਦਾ, ਪਰ ਸਾਡੇ ਕੋਲ ਕੋਈ ਅੰਦਾਜ਼ਾ ਨਹੀਂ ਹੁੰਦਾ। ਜਿਨ੍ਹਾਂ ਕੁੜੀਆਂ ਨੇ ਸਾਨੂੰ ਵੇਰਵੇ ਭੇਜੇ ਨੇ ਵੀਰੇ ਅਸੀਂ ਆ ਰਹੇ ਹਾਂ, ਅਸੀਂ ਉਹਨਾਂ ਦੇ ਲਈ ਸੰਧਾਰੇ ਆ ਜਿਹੜੇ ਉਹ ਤਿਆਰ ਕਰੇ ਆ। ਸੋ ਆਓ ਆਪਾਂ ਜ਼ਿਆਦਾ ਸਮਾਂ ਨਹੀਂ ਲਾਉਂਦੇ, ਮੈਂ ਪਾਲਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਸੰਧਾਰਾ ਪਹਿਲੀ ਵਾਰੀ ਮੇਰੇ ਵਿਆਹ ਹੋਏ ਨੂੰ 33-34 ਸਾਲ ਹੋ ਗਏ, ਆਹ ਵੀਰ ਨੇ ਮੈਨੂੰ ਪਹਿਲੀ ਵਾਰੀ ਸੰਧਾਰਾ ਦਿੱਤਾ। ਮੈਨੂੰ ਪਤਾ ਹੀ ਨਹੀਂ ਸੀ ਸੰਧਾਰਾ ਕਿਵੇਂ ਆਉਂਦਾ, ਸਾਡੇ ਰਿਵਾਜ਼ ਹੀ ਨਹੀਂ ਹੈਗਾ। ਉੱਧਰ ਰੋਪੜ ਡਿਸਟ੍ਰਿਕਟ ਦੀ ਮੈਂ ਅਨੰਦਪੁਰ ਸਾਹਿਬ ਦੀ, ਦਿੱਤਾ ਹੀ ਨਹੀਂ ਮੈਡਮ, ਰਿਵਾਜ਼ ਹੀ ਨਹੀਂ ਹੈਗਾ, ਪਹਿਲਾ ਹੁਲਾਰਾ ਮੇਰੇ ਮਾਹੀ ਦੇ ਨਾਂ ਦਾ, ਤੇ ਤੂੰ ਚਾਰ ਰੱਬ ਨੂੰ ਧਿਆਵਾਂ, ਬੁੱਧ ਮਿਲਣੇ ਦੀ ਆਈ ਵੇ ਸ
ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਰੋਜ਼ਾਨਾ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕੋਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਤੁਸੀਂ ਉਸ ਵੀਡੀਓ ਦਾ ਪੂਰਾ ਪੂਰਾ ਆਨੰਦ ਲੈ ਸਕੋ। ਕਿਸੇ ਵੀ ਫੰਕਸ਼ਨ ਦੀ ਵੀਡੀਓਗ੍ਰਾਫੀ ਫੋਟੋਗ੍ਰਾਫੀ ਜਾਂ ਲਾਈਵ ਟੈਲੀਕਾਸਟ ਕਰਵਾਉਣ ਲਈ ਸਾਡੇ ਦਿੱਤੇ ਹੋਏ ਨੰਬਰਾਂ 'ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਥੈਂਕ ਯੂ।